ਬਲੈਰੋ ਤੇ ਸਵਾਰ ਹੋ ਕੇ ਆਏ ਸੀ ਹਮਲਾਵਰ, ਘੇਰ ਲਿਆ ਸਾਈਕਲ ਤੇ ਜਾ ਰਿਹਾ ਸ਼ਖਸ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤੀ ਲੁੱਟ। ਆ ਵੇਖੋ ਕਿਵੇਂ ਬੇਖੌਫ ਹੋ ਕੇ ਚੋਰਾਂ ਨੇ ਇਸ ਸ਼ਖਸ ਤੇ ਹਮਲਾ ਕਰਕੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਿ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵੇਖ ਸਕਦੇ ਹੋ ਕਿ ਬਲੈਰੋ ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ ਤੇ ਸਾਈਕਲ ਤੇ ਜਾ ਰਹੇ ਸ਼ਖਸ ਤੇ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਉਸ ਸ਼ਖਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਤੋਂ ਨਕਦੀ ਖੋਹ ਲੈਂਦੇ ਨੇ। ਦੱਸ ਦੇ ਕਿ ਮਾਮਲਾ ਜਲੰਧਰ ਦਾ ਹੈ ਤੇ ਸਵੇਰੇ ਸਵੇਰੇ ਹਨੇਰੇ ਸਮੇਂ ਜਿੱਥੇ ਬਲੈਰੋ ਸਵਾਰ ਹਮਲਾਵਰਾਂ ਨੇ ਸਾਈਕਲ ਸਵਾਰ ਸ਼ਖਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਸਾਹਮਣੇ ਤੋਂ ਘੇਰ ਲੈਂਦੇ ਨੇ ਤੇ ਸਾਈਕਲ ਸਵਾਰ ਸ਼ਖਸ ਜਾਨ ਬਚਾਉਂਦਾ ਹੋਇਆ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਨੀਚੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਇਹ ਹਮਲਾਵਰ ਉਸ ਤੇ ਹਾਵੀ ਹੋ ਜਾਂਦੇ ਨੇ ਤੇ ਡਿੱਗੇ ਹੋਏ ਸ਼ਖਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਲੱਗ ਜਾਂਦੇ ਨੇ। ਵੀਡੀਓ ਦੇ ਵਿੱਚ ਸਾਫ਼ ਤਰੀਕੇ ਨਾਲ ਵਿਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਬੇਖੌਫ ਲੁਟੇਰੇ ਉਸ ਸ਼ਖਸ ਤੇ ਹਮਲਾ ਕਰਦੇ ਨੇ, ਜਿਸ ਤੋਂ ਬਾਅਦ ਇਹ ਉਸਦੇ ਕੋਲੋਂ ਨਕਦੀ ਖੋਹ ਲੈਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸਾਰੀ ਵਾਰਦਾਤ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਤਿੰਨ ਹਮਲਾਵਰਾਂ ਵੱਲੋਂ ਉਸ ਸ਼ਖਸ ਤੇ ਹਮਲਾ ਕੀਤਾ ਗਿਆ ਤੇ ਇਸ ਘਟਨਾ ਤੋਂ ਬਾਅਦ ਸਾਈਕਲ ਵਾਲਾ ਇੰਨਾ ਡਰ ਗਿਆ ਕਿ ਉਸ ਵੱਲੋਂ ਹਾਲੇ ਤੱਕ ਇਸ ਡਕੈਤੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਨਹੀਂ ਕਰਵਾਈ ਗਈ। ਤਾਂ ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਲੁੱਟ ਦੀ, ਜਿੱਥੇ ਸਵੇਰ ਦੇ ਸਮੇਂ ਬਲੈਰੋ ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ ਤੇ ਇੱਕ ਸਾਈਕਲ ਤੇ ਜਾ ਰਹੇ ਸ਼ਖਸ ਨੂੰ ਇਹਨਾਂ ਵੱਲੋਂ ਘੇਰ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸ਼ਖਸ ਭੱਜਣ ਦੀ ਕੋਸ਼ਿਸ਼ ਤਾਂ ਕਰਦਾ ਪਰ ਨੀਚੇ ਡਿੱਗ ਜਾਂਦਾ ਹੈ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇਹ ਤਿੰਨ ਹਮਲਾਵਰ ਉਸ ਤੇ ਹਮਲਾ ਕਰ ਦਿੰਦੇ ਨੇ ਤੇ ਉਸਦੇ ਕੋਲੋਂ ਕੈਸ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਬਲੈਰੋ ਤੇ ਸਵਾਰ ਹੋ ਕੇ ਆਏ ਸੀ ਹਮਲਾਵਰ, ਘੇਰ ਲਿਆ ਸਾਈਕਲ ਤੇ ਜਾ ਰਿਹਾ ਸ਼ਖਸ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤੀ ਲੁੱਟ। ਆ ਵੇਖੋ ਕਿਵੇਂ ਬੇਖੌਫ ਹੋ ਕੇ ਚੋਰਾਂ ਨੇ ਇਸ ਸ਼ਖਸ ਤੇ ਹਮਲਾ ਕਰਕੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਿ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵੇਖ ਸਕਦੇ ਹੋ ਕਿ ਬਲੈਰੋ ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ ਤੇ ਸਾਈਕਲ ਤੇ ਜਾ ਰਹੇ ਸ਼ਖਸ ਤੇ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਉਸ ਸ਼ਖਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਤੋਂ ਨਕਦੀ ਖੋਹ ਲੈਂਦੇ ਨੇ। ਦੱਸ ਦੇ ਕਿ ਮਾਮਲਾ ਜਲੰਧਰ ਦਾ ਹੈ ਤੇ ਸਵੇਰੇ ਸਵੇਰੇ ਹਨੇਰੇ ਸਮੇਂ ਜਿੱਥੇ ਬਲੈਰੋ ਸਵਾਰ ਹਮਲਾਵਰਾਂ ਨੇ ਸਾਈਕਲ ਸਵਾਰ ਸ਼ਖਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਸਾਹਮਣੇ ਤੋਂ ਘੇਰ ਲੈਂਦੇ ਨੇ ਤੇ ਸਾਈਕਲ ਸਵਾਰ ਸ਼ਖਸ ਜਾਨ ਬਚਾਉਂਦਾ ਹੋਇਆ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਨੀਚੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਇਹ ਹਮਲਾਵਰ ਉਸ ਤੇ ਹਾਵੀ ਹੋ ਜਾਂਦੇ ਨੇ ਤੇ ਡਿੱਗੇ ਹੋਏ ਸ਼ਖਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਲੱਗ ਜਾਂਦੇ ਨੇ। ਵੀਡੀਓ ਦੇ ਵਿੱਚ ਸਾਫ਼ ਤਰੀਕੇ ਨਾਲ ਵਿਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਬੇਖੌਫ ਲੁਟੇਰੇ ਉਸ ਸ਼ਖਸ ਤੇ ਹਮਲਾ ਕਰਦੇ ਨੇ, ਜਿਸ ਤੋਂ ਬਾਅਦ ਇਹ ਉਸਦੇ ਕੋਲੋਂ ਨਕਦੀ ਖੋਹ ਲੈਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸਾਰੀ ਵਾਰਦਾਤ ਕੋਲ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਤਿੰਨ ਹਮਲਾਵਰਾਂ ਵੱਲੋਂ ਉਸ ਸ਼ਖਸ ਤੇ ਹਮਲਾ ਕੀਤਾ ਗਿਆ ਤੇ ਇਸ ਘਟਨਾ ਤੋਂ ਬਾਅਦ ਸਾਈਕਲ ਵਾਲਾ ਇੰਨਾ ਡਰ ਗਿਆ ਕਿ ਉਸ ਵੱਲੋਂ ਹਾਲੇ ਤੱਕ ਇਸ ਡਕੈਤੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਨਹੀਂ ਕਰਵਾਈ ਗਈ। ਤਾਂ ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਲੁੱਟ ਦੀ, ਜਿੱਥੇ ਸਵੇਰ ਦੇ ਸਮੇਂ ਬਲੈਰੋ ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ ਤੇ ਇੱਕ ਸਾਈਕਲ ਤੇ ਜਾ ਰਹੇ ਸ਼ਖਸ ਨੂੰ ਇਹਨਾਂ ਵੱਲੋਂ ਘੇਰ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸ਼ਖਸ ਭੱਜਣ ਦੀ ਕੋਸ਼ਿਸ਼ ਤਾਂ ਕਰਦਾ ਪਰ ਨੀਚੇ ਡਿੱਗ ਜਾਂਦਾ ਹੈ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇਹ ਤਿੰਨ ਹਮਲਾਵਰ ਉਸ ਤੇ ਹਮਲਾ ਕਰ ਦਿੰਦੇ ਨੇ ਤੇ ਉਸਦੇ ਕੋਲੋਂ ਕੈਸ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ।